ਸਤਿ ਸ਼੍ਰੀ ਅਕਾਲ ਗਾਇਸ, ਮੈਂ ਮਨਵੀਰ ਅਤੇ ਤੁਸੀਂ ਦੇਖ ਰਹੇ ਮਨਵੀਰ ਵਲੋਗ। ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੋਗ ਦੇ। ਅਤੇ ਅੱਜ ਦੇ ਵਲੋਗ ਦੇ ਵਿੱਚ ਆਪਾਂ ਚੈੱਕ ਕਰਨੇ ਹਾਂ ਐਕਟਿਵਾ ਦੀ ਮਾਈਲੇਜ ਵਿਦ ਓਰਿਜਨਲ ਏਅਰ ਫਿਲਟਰ। ਪਿਛਲੇ ਵਲੋਗ 'ਚ ਆਪਾਂ ਏਅਰ ਫਿਲਟਰ ਦੂਜਾ ਪਾ ਕੇ ਚੈੱਕ ਕੀਤੀ ਸੀਗੀ। ਪਹਿਲਾਂ ਤੁਹਾਨੂੰ ਸਹੀ ਚੈੱਕ ਕਰਾ ਦਈਏ, ਜਮ੍ਹਾਂ ਥੋੜ੍ਹਾ ਜਿਹਾ ਗਾ, ਇੰਨਾ ਕੁ ਤੇਲ ਹੋਊਗਾ ਮੈਂ ਸੋ ਪੈਪ ਦੇ ਨਾਲ ਨਿਕਲ ਲੈਣੀ, ਠੀਕ ਆ। ਅਤੇ ਇੱਕ ਲੀਟਰ ਤੇਲ ਆ ਪੂਰਾ, ਅਤੇ ਆਪਾਂ ਹੁਣ ਪਾਉਂਦੇ ਹਾਂ 1 ਲੀਟਰ ਤੇਲ ਇਹਦੇ ਅੰਦਰ। ਮਤਲਬ ਫਿਰ ਆਹ ਥੋੜ੍ਹਾ ਜਿਹਾ ਘੱਟ ਆ ਨਾ, ਇੰਨਾ ਕੀ ਹੋਊਗਾ ਇਹਦੇ ਅੰਦਰ ਵੀ। ਸਭ ਤੋਂ ਪਹਿਲਾਂ ਤੇਲ ਤੁਹਾਡੇ ਮੂਹਰੇ ਹੀ ਪਾ ਦਈਏ। ਇੱਕ ਲੀਟਰ ਤੇਲ ਆ ਪੂਰਾ, ਥੋੜ੍ਹਾ ਜਿਹਾ ਡੁੱਲ ਗਿਆ ਜਮਾਂ ਥੋੜ੍ਹਾ ਜਿਹਾ, ਅਤੇ ਪੂਰਾ 1 ਲੀਟਰ ਪਾਤਾ। ਪੂਰਾ 1 ਲੀਟਰ ਤੇਲ ਪੈ ਗਿਆ, ਮਾੜਾ ਮੋਟਾ ਹੀ ਡੁੱਲਿਆ ਗਾ, ਬੜਾ ਨਹੀਂ ਡੁੱਲਿਆ। ਅਤੇ ਹੁਣ ਆਪਾਂ 1 ਲੀਟਰ ਹੋਰ ਇਹ 'ਚ ਭਰ ਕੇ ਡਿੱਗੀ 'ਚ ਰੱਖ ਲੈਂਦੇ ਹਾਂ। ਅਤੇ ਫਿਲਹਾਲ ਐਕਟਿਵਾ ਚੱਲੀ ਆਪਣੀ 02414, ਅਤੇ ਇਹਦੀ ਫੋਟੋ ਖਿੱਚ ਕੇ ਰੱਖ ਲੈਂਦੇ ਹਾਂ, ਠੀਕ ਆ। ਅਤੇ ਮੈਂ ਹੁਣ 1 ਲੀਟਰ ਤੇਲ ਹੋਰ ਇਹਦੀ ਡਿੱਗੀ ਦੇ ਅੰਦਰ ਰੱਖਦਾ, ਅਤੇ ਫਿਰ ਮੈਂ ਚੱਲਦਾ ਨਾ। ਹੋਰ ਮੈਂ ਲੱਗਾ ਤੁਰਨ ਘਰੋਂ, ਅਤੇ ਹੁਣ ਵੀ ਉੱਥੇ ਹੀ ਆ ਲੀਟਰ। ਮੈਂ ਵੈਸੇ 1 ਮਿੰਟ ਸਟਾਰਟ ਖੜਾਤੀ ਸੀਗੀ, ਠੀਕ ਆ। ਅਤੇ ਆ 1 ਲੀਟਰ ਤੇਲ ਮੈਂ ਇੱਥੇ ਰੱਖਤਾ ਗਾ, ਅਤੇ ਹੁਣ ਆਪਾਂ ਚੱਲਦੇ ਹਾਂ, ਠੀਕ ਆ। ਅਤੇ ਹੁਣ ਮੈਂ ਤੁਹਾਨੂੰ ਰਾਹ 'ਚ ਹੀ ਮਿਲੂੰਗਾ, ਠੀਕ ਆ। ਬੈਠੇ ਕਾਰ ਵਿੱਚ ਮੇਰੇ ਚੁਣਵੇਂ ਜੇ ਯਾਰ, ਅੱਖਾਂ ਦਾ ਦਿਲਾਂ ਉੱਤੇ ਕਰੇ ਕੰਮ ਜੇ ਆਉ ਪੋੜ ਵਾਂਗੂ ਜਿਹੜਾ ਬੰਦ ਟੁੱਕੀ ਅੰਗੜੇ ਆ ਲੋਕਾਂ ਦਾ ਦੀ ਅੰਗੇ ਪਿੱਗੇ ਬਵੇ ਘੁੰਮਦੇ ਮਿੰਟੋ ਮਿੰਟ ਪੱਟ ਨਾ ਤੂੰ ਹੱਸ ਬੱਲੀਏ ਕਿਹੜਾ ਕਰਦਾ ਹੈ ਤੰਗ ਮੈਨੂੰ ਦੱਸ ਬੱਲੀਏ ਸਾਡੇ ਮੈਂਟਰ 'ਚ ਆਉਂਦੀ ਨਾ ਪਲੱਸ ਬੱਲੀਏ ਕਰਦਾ ਹੈ ਤੰਗ ਕਿਹੜਾ ਦੱਸ ਬੱਲੀ ਆਪਣਾ ਮੁੱਕ ਗਿਆ ਤੇਲ, ਤੇ ਇਹ ਚੱਲੀ ਆ ਟੋਟਲ 2, 4, 6, 1, 7 ਇਹਦੀ ਮੈਂ ਲੈ ਲੈਣਾ ਫੋਟੋ, ਤੇ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਟੈਂਕੀ, ਠੀਕ ਆ। ਹਾਲੇ ਤੋਂ ਜਮਾਂ ਸੁੱਕ ਗਈ, ਅਤੇ ਹੁਣ ਆਪਾਂ ਪਾਈਏ ਪਹਿਲਾਂ ਤੇਲ। ਅਤੇ ਇੱਥੇ ਉਹਨਾਂ ਮਤਲਬ ਜਿੰਨਾ ਟਾਈਮ ਮੈਂ ਤੇਲ ਪਾਉਂਦਾ, ਤੇਲ ਪਾਉਣ ਤੋਂ ਬਾਅਦ ਮਤਲਬ ਇੱਥੇ ਮਾਈਲੇਜ ਲਿਖੀ ਆਉਂਦੀ ਪਈ ਹੋਊਗੀ ਇੱਥੇ, ਅਤੇ ਆਹੀ ਮਾਈਲੇਜ ਸੀਗੀ ਵਿਦ ਓਰਿਜਨਲ ਏਅਰ ਫਿਲਟਰ। ਅਤੇ ਹੁਣ ਮੈਂ ਤੇਲ ਪਾ ਕੇ, ਅਤੇ ਮੈਂ ਹੁਣ ਘਰ ਵੱਲ ਨੂੰ ਜਾਣਾ। ਅਤੇ ਅੱਜ ਦਾ ਵਲੌਗ ਕਿੱਦਾਂ ਦਾ ਲੱਗਿਆ ਜ਼ਰੂਰ ਕਮੈਂਟ 'ਚ ਲਿਖਿਓ, ਅਤੇ ਥੈਂਕ ਯੂ ਗਾਇਜ਼ ਫੋਰ ਵਾਚਿੰਗ ਟਿਲ ਐਂਡ, ਬਾਏ ਬਾਏ।